ਇਹ ਤਸਵੀਰਾਂ ਸਬੂਤ ਨੇ ਕਿ ਹੁਣ ਮਹਿਲਾਵਾਂ ਆਪਣੀ ਏਕਤਾ ਦੇ ਬਲ 'ਤੇ ਇਨਸਾਫ਼ ਲੈਣ ਲਈ ਪਿੱਛੇ ਨਹੀਂ ਹਟਣਗੀਆਂ। ਸਮਾਜ 'ਚ ਫੈਲ ਰਹੀ ਬਦਫੈਲੀ ਬਲਾਤਕਾਰ ਦੀਆਂ ਘਟਨਾਵਾਂ ਨੇ ਸਭ ਨੂੰ ਅਚੰਭੇ 'ਚ ਪਾ ਦਿੱਤਾ। ਉੱਥੇ ਹੀ ਆਪਣੇ ਨਾਲ ਹੋ ਰਹੀਆਂ ਇਹਨਾਂ ਘਿਨੌਣੀਆਂ ਕਰਤੂਤਾਂ ਦਾ ਵਿਰੋਧ ਕਰਨ ਲਈ ਮਹਿਲਾਵਾਂ ਸੜਕਾਂ 'ਤੇ ਉਤਰ ਆਈਆਂ ਨੇ। ਮੂੰਹ ਬੋਲ ਦੀਆਂ ਤਸਵੀਰਾਂ ਜਲੰਧਰ ਦੀਆਂ ਨੇ, ਜਿੱਥੇ SSP ਦਫ਼ਤਰ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਮਾਮਲਾ ਅਸਲ 'ਚ ਇਹ ਹੈ ਕਿ ਜਲੰਧਰ ਦੇ ਪਿੰਡ ਸਿੱਧਣਾ ਦੀ ਇੱਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਹੋਇਆ ਅਤੇ ਆਰੋਪੀਆਂ ਦੇ ਸਿਰ 'ਤੇ ਕਾਂਗਰਸੀ ਲੀਡਰਾਂ ਦਾ ਹੱਥ ਹੋਣ ਕਰਕੇ ਪੁਲਿਸ ਕਾਰਵਾਈ ਕਰਨ ਤੋਂ ਝਿਜਕ ਰਹੀ ਹੈ। ਇਹ ਇਲਜ਼ਾਮ ਇਸਤਰੀ ਜਾਗਰਤੀ ਮੰਚ ਵੱਲੋਂ ਲਗਾਏ ਗਏ ਨੇ, ਜਿਨ੍ਹਾਂ ਨੇ ਸੂਬੇ 'ਚ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦੇ ਰੋਸ ਵਜੋਂ ਜਲੰਧਰ ਸ਼ਹਿਰ 'ਚ ਵੀ ਜਲੂਸ ਕੱਢਿਆ। ਮੰਗਾਂ ਨੇ ਕਿ ਜਿਹੜੇ ਬਲਾਤਕਾਰ ਦੇ ਦੋਸ਼ੀ ਨੇ ਉਹਨਾਂ ਨੂੰ ਲੰਮੀਆਂ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਅਤੇ ਜਿਹੜੇ ਪੁਲਿਸ ਕਰਮਚਾਰੀ ਇਹਨਾਂ ਕੇਸਾਂ ਦੀ ਕਾਰਵਾਈ ਕਰ ਰਹੇ ਨੇ ਅਤੇ ਇਹਨਾਂ ਕੇਸਾਂ ਦੇ ਵਿੱਚ ਕੁਤਾਹੀ ਕਰ ਰਹੇ ਨੇ, ਉਹਨਾਂ ਨੂੰ ਜੋ ਵੀ ਉਹਨਾਂ ਦੇ ਵਿਭਾਗੀ ਢੰਗ ਦੀ ਬਣਦੀ ਸਖ਼ਤ ਸਜ਼ਾ। ਅਤੇ ਇਹ ਤਾਂ ਸਾਫ਼ ਹੀ ਜ਼ਾਹਿਰ ਆ ਜੀ, ਜਦੋਂ ਪਿਛਲੇ ਫਰੀਦਕੋਟ 'ਚ ਸਰੂਤੀ ਕਾਂਡ ਹੋਇਆ ਸੀ ਉਦੋਂ ਅਕਾਲੀ ਉੱਭਰ ਕੇ ਸਾਹਮਣੇ ਆਏ ਸੀ, ਅਤੇ ਹੁਣ ਜਿਹੜੇ ਸਿੰਧੜਾ ਵਾਲੇ ਨੇ ਕੇਸ ਵਿੱਚ ਰਾਣਾ ਗੁਰਜੀਤ ਅਤੇ ਲਾਡੂ ਸ਼ੇਰ ਵਾਲੀਆਂ ਦੀ ਜਿਹੜੀ ਮਿਲੀ ਭੁਗਤਾ ਉਹ ਸਾਹਮਣੇ ਆ ਰਹੀ। ਪੁਲਿਸ ਵਾਲੇ ਕਿਉਂ ਨਹੀਂ ਕਾਰਵਾਈ ਕਰਦੇ? ਪੁਲਿਸ ਵਾਲਿਆਂ 'ਤੇ ਆਪਾਂ ਨੂੰ ਨੋਰਮਲੀ ਪਤਾ ਕਿ ਇਹ ਪੋਲੀਟੀਕਲ ਪ੍ਰੈਸ਼ਰ ਹੈਗਾ, ਅਤੇ ਇਸ ਕਰਕੇ ਉਸ ਜਿਹੜੀ ਇਹ ਮਾਮਲੇ ਨੂੰ ਉਹਨਾਂ ਨੂੰ ਨਹੀਂ ਹੱਲ ਕਰ ਰਹੇ। ਅਸੀਂ ਸਿੰਧੜਾ ਵਾਲੇ ਮਾਮਲੇ 'ਚ ਲੱਗੇ ਹੋਏ ਸੀਗੇ, ਅਤੇ ਅਸੀਂ ਨਿਊਜ਼ ਤਾਂ ਪੜ੍ਹੀ ਸੀ, ਦੁੱਖ ਵੀ ਬਹੁਤ ਹੋਇਆ। ਅਤੇ ਅਸੀਂ ਤਾਂ ਵੈਸੇ ਸਾਰੀਆਂ ਹੀ ਬੱਚੀਆਂ ਦੇ ਨਾਲ ਜੇ ਕੁਛ ਇੱਦਾਂ ਦਾ ਹੁੰਦਾ ਸਾਡਾ ਮਨ ਜਿਹੜਾ ਉਹ ਬਹੁਤ ਹੁੰਦਾ, ਅਤੇ ਅਸੀਂ ਸਰਕਾਰ ਕੋਲੋਂ ਡਿਮਾਂਡ ਕਰਦੇ ਹਾਂ ਕਿ ਜੇਕਰ ਸਾਡੇ ਦੇਸ਼ ਦੇ ਅੰਦਰ ਜਿਹੜਾ ਇਹ ਪੱਛਮੀ ਸੱਭਿਆਚਾਰ ਤੇਜ਼ੀ ਨਾਲ ਵੱਧ ਰਿਹਾ ਆ, ਜੇ ਗੀਤਾਂ ਦੇ ਰਾਹੀਂ, ਮੀਡੀਆ ਦੇ ਰਾਹੀਂ ਜਾਂ ਹੋਰ ਪੋਰਨੋਗ੍ਰਾਫੀ ਫਿਲਮਾਂ ਹੋਰ ਤਰੀਕੇ ਦੇ ਨਾਲ ਜੋ ਕੁਛ ਵੀ ਮੀਡੀਆ ਦੇ ਰਾਹੀਂ ਜਾਂ ਅਖਬਾਰਾਂ ਰਾਹੀਂ ਬੱਚਿਆਂ ਨੂੰ ਜਾਂ ਜਿਹਨੂੰ ਵੀ ਪਤਾ ਲੱਗਦਾ ਉਦੋਂ ਉਹਦੇ ਨਾਲ ਉਹਨਾਂ ਦੇ ਜਿਹੜੇ ਮਾਨਸਿਕ ਸਥਿਤੀ ਆ, ਜ਼ਿਆਦਾ ਮੈਂ ਇਹ ਸੋਚਦੀ ਵੀ ਜਿਹੜਾ ਇੰਟਰਨੈੱਟ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਜੋ ਖਬਰਾਂ ਉਹਨਾਂ ਦੇਖਦੇ ਆ ਉਹਨਾਂ ਦੇ ਨਾਲ ਉਹਨਾਂ ਦੇ ਦਿਮਾਗ ਇਸ ਤਰ੍ਹਾਂ ਵਾਸ਼ ਹੋ ਗਏ ਨਸ਼ੇ ਦੇ ਨਾਲ ਜਾਂ ਬੇਰੁਜ਼ਗਾਰੀ ਦੇ ਨਾਲ ਜਾਂ ਕੁਛ ਸਿਆਸੀ ਲੀਡਰ ਜਿਹੜੇ ਉਹਨਾਂ ਨੂੰ ਚਿੱਟਾ ਪਲਾ ਕੇ ਕਦੀ ਕਿਤੇ ਲੜਨ ਲਈ ਭੇਜ ਦਿੰਦੇ, ਕਦੀ ਗੈਂਗਸਟਰ ਬਣਾ ਰਹੇ ਆ, ਉਹਨਾਂ ਸਾਰਿਆਂ ਦਾ ਇਹ ਪ੍ਰਭਾਵ ਹੋ ਰਿਹਾ ਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਗਲਤ ਪਾਸੇ ਨੂੰ ਜਾ ਰਹੀ ਆ। ਜੇ ਅਸੀਂ ਚੰਗਾ ਸੱਭਿਆਚਾਰ ਲਾਈਏ, ਚੰਗੇ ਗੀਤ ਲਾਈਏ ਜਾਂ ਆਪਣਾ ਇਤਿਹਾਸ ਹੀ ਪੜ੍ਹਾਈਏ ਬੱਚਿਆਂ ਨੂੰ, ਤਾਂ ਹੋ ਸਕਦਾ ਜਿਹੜੀ ਇਹ ਜਿਹੜੀ ਸਥਿਤੀ ਆ ਇਹਨੂੰ ਅਸੀਂ ਬਦਲ ਪਾ ਲਈਏ। ਉਧਰ ਪੁਲਿਸ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨ ਤੇ ਲੱਗ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਆਏ ਸੀ ਸ਼ਾਹਕੋਟ ਏਰੀਆ ਤੋਂ, ਇਹਨਾਂ ਨੂੰ ਸਾਰਾ ਦੱਸਤਾ ਗਿਆ, ਆਲਰੇਡੀ ਮੁਕੱਦਮਾ ਦਰਜ ਹੈ, ਦੋਸ਼ੀ ਵੀ ਅਰੈਸਟ ਕੀਤੇ ਜਾ ਚੁੱਕੇ ਨੇ, ਸਾਰਾ ਪੋਸਕੋ ਐਕਟ ਔਰ SC ST ਐਕਟ ਠੀਕ ਹੈ ਨਾ, ਸਭ ਕੁਝ ਲੱਗ ਚੁੱਕਾ ਹੈਗਾ। ਔਰ ਇਹਨਾਂ ਨੂੰ ਇਹ ਵੀ ਦੱਸਤਾ ਗਿਆ ਵੀ ਤਫਤੀਸ਼ ਸਾਡੀ ਕੰਪਲੀਟ ਹੋ ਕੇ 60 ਦਿਨ 'ਚ ਚਲਾਨ ਵੀ ਦਿੱਤਾ ਜਾਏਗਾ। ਔਰ SSP ਸਾਹਿਬ ਨੂੰ ਵੀ ਇਹਨਾਂ ਨੇ ਮਿਲ ਲਿਆ ਹੈਗਾ, ਸਾਹਿਬ ਨੂੰ ਵੀ ਦੱਸਤਾ, ਥੋੜ੍ਹਾ ਜਿਹਾ ਇਹਨਾਂ ਨੂੰ ਕਨਫਿਊਜ਼ਨ ਸੀਗੀ ਉਹ ਇਹਨਾਂ ਨੇ ਦੂਰ ਕਰਤੀ ਹੈ। ਬਾਕੀ ਪੁਲਿਸ ਵੱਲੋਂ ਸਾਰੀ ਕਾਰਵਾਈ ਕੀਤੀ ਜਾ ਚੁੱਕੀ ਹੈ, ਕਿਸੇ ਗੱਲੋਂ ਵੀ ਕੋਈ ਕਾਰਵਾਈ ਦੀ ਲੋੜ ਨਹੀਂ ਹੈਗੀ, ਸਾਰਾ ਕੁਛ ਕੀਤਾ ਜਾ। ਇਹੋ ਜਿਹੀ ਗੱਲ ਨਹੀਂ, ਜੇ ਪੋਲੀਟੀਕਲ ਪ੍ਰੈਸ਼ਰ ਵਾਲੀ ਗੱਲ ਹੋਵੇ ਤਾਂ ਪਰਚਾ ਕਿਉਂ ਦਰਜ ਹੋਵੇ? ਪਰਚਾ ਦਰਜ ਆ, ਦੋਸ਼ੀ 'ਤੇ ਅਰੈਸਟ ਕੀਤੇ ਹੋਏ। ਦੋਸ਼ੀਆਂ ਦੇ ਉੱਥੋਂ ਸਾਰਾ ਅਸੀਂ ਇਹ ਡਿਸਕਲੋਜ਼ ਨਹੀਂ ਕਰਨਾ ਹੈਗਾ, ਵਿਕਟਮ ਦਾ ਨਾਮ ਵਗੈਰਾ ਇਹ ਦੱਸੀ ਜਾ ਰਹੀ ਸੀ। ਸੂਬੇ 'ਚ ਲਗਾਤਾਰ ਹੋ ਰਹੀਆਂ ਇਹਨਾਂ ਬਲਾਤਕਾਰ ਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕਰ ਦਿੱਤੇ ਨੇ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।